ਵੀ ਰਵਿੰਦਰ ਵੰਡ ਯਾਰ ਅਮਲੀ ਜਿਹਾ ਬੰਦਾ ਤੇ ਵੀ ਉਹ ਨਸ਼ੇ ਨੁਸ਼ੇ ਕਰਦਾ, ਉਹ ਲੋਕਾਂ ਦੀ ਨਜ਼ਰ ਦੇ ਵਿੱਚ ਆਏ ਆ ਵੀ ਤੁਸੀਂ ਸੈੱਟ ਜਿਹੇ ਰਹਿੰਦੇ ਹੋ, ਤੁਹਾਨੂੰ ਕੰਮ ਮੰਗਣਾ ਨਹੀਂ ਆਉਂਦਾ ਜਾਂ ਮਿਲਦਾ ਘੱਟ। ਪਰ ਉਹ ਦੁਕਾਨ ਤਾਂ ਖੋਲ੍ਹ ਲਈ ਪਰ ਸੌਦਾ ਵੇਚਣਾ ਨਹੀਂ ਆਉਂਦਾ, ਉਹ ਕਈ ਬੰਦਿਆਂ ਨੂੰ ਵੇਚਣਾ ਆਉਂਦਾ, ਉਹਦਾ ਅੰਦਰ ਕੁਛ ਨਹੀਂ ਹੁੰਦਾ। ਕੁੜੀ ਲੁੱਟ ਪੁੱਟ ਕੇ ਲੈ ਗਈ, ਮੇਰੀ ਯਾਦ ਆ ਜਾਂਦਾ ਤੁਹਾਡਾ ਉਹ ਕਰੈਕਟਰ। ਉਹ ਗਾਣੇ ਦੀਆਂ ਯਾਦਾਂ ਥੋੜ੍ਹੀਆਂ ਜੀ, ਦਲਜੀਤ ਬਾਰੇ ਦੱਸੋ ਵੀ, ਦਲਜੀਤ ਬਾਰੇ ਲੋਕਾਂ ਦੇ ਕਈ ਭਰਮ ਭੁਲੇਖੇ ਪਾਲ ਲੈਂਦੇ ਨੇ। ਪਰਮਾਤਮਾ ਨਾਲ ਜੁੜੀ ਹੋਈ ਸ਼ਖਸੀਅਤ ਹੈ, ਉਹ ਕੋਸ਼ਿਸ਼ ਕਰਦੇ ਵੀ ਉਹ ਕਿਸੇ ਦੀ ਗੱਲ ਨਹੀਂ ਕਰਦੇ। ਕਦੇ ਫਾਇਦਾ ਵੀ ਚੱਕਿਆ ਮਾਨ ਸਾਹਿਬ ਦੇ ਸਾਥੀ ਹੋਣ ਦਾ? ਚਾਹੇ ਦੋ ਤਿੰਨ ਦਿਨ ਬਾਅਦ ਯਾਦ, ਉਹ ਹਾਂ ਪਰਸੋਂ ਸ਼ਾਮ ਨੂੰ ਤੇਰਾ ਫੋਨ ਆਇਆ, ਚਾਹੇ ਤਿੰਨ ਦਿਨ ਬਾਅਦ ਆਵੇ ਮੈਨੂੰ ਸਾਰੇ ਕਰ ਲੈ। ਸਿਆਸਤ ਵਾਲਾ ਕਰਮਜੀਤ ਭਾਈ ਸਿਆਸਤ ਵਾਲੇ ਹੈ ਨਹੀਂ, ਲੋਕਾਂ ਨੇ ਕਹਿਣਾ ਵੀ ਅੱਜ ਜਾਂ ਤਾਂ ਮਤਲਬ ਫਿਰ ਉਹੀ ਗੱਲ ਵੀ ਅੱਜ ਖੁਰੀ ਨਹੀਂ ਹੱਡਾਂ ਚ ਵਾਧਾ ਹੋਇਆ। ਉਹ ਜਿੰਨਾ ਚਿਰ ਨੱਚੇਗੀ ਮੈਂ ਫਾੜੀ ਜਾਊਂਗਾ ਨੋਟ ਤੇਰੇ ਜੀਜੇ ਦਾ ਤਾਂ ਹਿੱਲ ਗਿਆ ਦਿਮਾਗ। ਸਤਿ ਸ਼੍ਰੀ ਅਕਾਲ, ਡੇਲੀ ਪੋਸਟ ਪੰਜਾਬੀ ਦੇਖ ਰਹੇ ਤੁਸੀਂ ਤੇ ਮੈਂ ਹਾਂ ਦੀਪ ਸੰਦੀਪ। ਅੱਜ ਗੱਲਬਾਤ ਕਰਨੀ ਹੈ ਰਵਿੰਦਰ ਮੰਡ ਹੋਣਾ ਦੇ ਨਾਲ। ਬਾਈ ਹੁਣੀ ਆਪ ਵੀ ਬਹੁਤ ਵਧੀਆ ਇਨਸਾਨ ਨੇ, ਜਿੰਨੀਆਂ ਕਿ ਇਹਨਾਂ ਦੀਆਂ ਫਿਲਮਾਂ ਅਸੀਂ ਦੇਖਦੇ ਹਾਂ ਤਾਂ ਬੜੇ ਸਾਦ ਮੁਰਾਦੇ ਜੇ ਨੇ, ਕੋਈ ਫੂੰਫਾਂ ਵਾਲੀ ਗੱਲ ਨਹੀਂ ਹੈਗੀ ਅਤੇ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਤੇ ਟਾਈਮ ਦੇਣ ਵਾਸਤੇ ਅਤੇ ਐਡਾ ਵਧੀਆ ਤੁਸੀਂ ਬੁਲਾ ਰਹੇ ਹੋ ਅਤੇ ਹੁਣ ਸ਼ੁਰੂ ਕਰਦੇ ਹਾਂ ਆਪਾਂ ਤੁਹਾਡੇ ਆਖਰੀ 15 ਸਵਾਲਾਂ 'ਚੋਂ ਸਵਾਲ। ਅੱਛਾ ਬਾਈ, ਮੈਨੂੰ ਇਹ ਦੱਸੋ ਤੁਸੀਂ ਵੀ ਪਹਿਲਾਂ ਨਾ ਜਿੰਨੀਆਂ ਤੁਹਾਡੀਆਂ ਫਿਲਮਾਂ ਦੇਖਦੇ ਸੀ, ਹਾਂਜੀ, ਉਹ 'ਚ ਸਿੱਧੇ ਜੇ ਵਾਲ ਵਾ ਕੇ ਮੋਨੇ ਜੇ ਹੁੰਦੇ ਸੀ? ਹਾਂਜੀ ਹਾਂਜੀ। ਇਹ ਫਿਰ ਖਿਆਲਾਤ ਕਿਵੇਂ, ਝੜਦੇ ਵਾਲਾਂ ਦੇ ਕਾਰਨ ਰੂਪ ਬਦਲਿਆ ਜਾਂ ਇਹਦਾ ਕੋਈ ਹੋਰ ਰਾਜ਼? ਨਹੀਂ ਨਹੀਂ ਨਹੀਂ, ਇਹ ਅਸਲ 'ਚ ਨਾ ਫਿਲਮ ਆਈ ਸੀ ਇੱਕ ਤਰਸੇਮ ਜੱਸੜ ਬਾਈ ਉਹਨਾਂ ਦੀ ਅਫਸਰ ਜੀ, ਉਹਦੇ 'ਚ ਮੈਂ ਜਸਪਾਲ ਪਟਵਾਰੀ ਦਾ ਕਰੈਕਟਰ ਕਰਿਆ ਸੀ ਹੈ ਨਾ, ਉਹਨੇ ਵਧੀਆ ਪਛਾਣ ਦਿੱਤੀ। ਉਸ ਤੋਂ ਬਾਅਦ ਮੈਨੂੰ ਪੱਗ ਬੰਨ੍ਹ ਕੇ ਫਿਲਮਾਂ ਕਾਫੀ ਮਿਲੀਆਂ। ਹਾਂ, ਫਿਰ ਉਹ ਲਗਾਤਾਰ ਹੀ, ਪੱਗ ਤਾਂ ਮੈਂ ਪਹਿਲਾਂ ਵੀ ਬੰਨ੍ਹਦਾ ਹੀ ਹੁੰਦਾ ਸੀ ਸਕੂਲ ਟਾਈਮ ਤੋਂ ਵੀ, ਠੀਕ ਹੈ ਨਾ, ਪਰ ਫਿਰ ਮੈਂ ਪੱਗ ਰੈਗੂਲਰ ਬੰਨ੍ਹਣੀ ਸ਼ੁਰੂ ਕਰਤੀ। ਇਸ ਚੀਜ਼ ਨੇ ਮੈਨੂੰ ਲੱਗਦੀ ਸ਼ਾਇਦ ਲੋਕਾਂ ਦਾ ਲਾਂਭਾ ਵੀ ਲਾਹਤਾ ਹੋਣਾ, ਜਿਹੜੇ ਕਹਿੰਦੇ ਸੀ ਕਿ ਪੱਗਾਂ ਵਾਲਿਆਂ ਨੂੰ ਫਿਲਮਾਂ ਨਹੀਂ ਮਿਲਦੀਆਂ ਜੇ ਪੱਗ ਬੰਨ੍ਹਦੇ ਨੇ, ਕਿਉਂਕਿ ਹਾਂਜੀ ਮੈਨੂੰ ਜ਼ਿਆਦਾ ਕੰਮ ਹੀ ਪੱਗ ਨਾਲ ਮਿਲਿਆ, ਪੱਗ ਤੋਂ ਪਹਿਲਾਂ ਤਾਂ ਮੇਰੇ ਕੋਲ ਕੰਮ ਹੀ ਘੱਟ ਹੁੰਦਾ ਸੀ ਨਾ। ਠੀਕ ਹੈ, ਪਹਿਲੀ ਫਿਲਮ ਜਿਵੇਂ ਹਸ਼ਰ ਸੀ, ਹਸ਼ਰ ਏਕਮ ਬਾਜ ਤੋਂ ਬਾਅਦ ਕਾਫੀ ਟਾਈਮ ਫਿਰ ਮੈਂ ਵਿਹਲਾ ਵੀ ਰਿਹਾ ਗੈਪ ਰਿਹਾ ਵਿੱਚ ਜੀ, ਅਤੇ ਫਿਰ ਅਫਸਰ ਤੋਂ ਬਾਅਦ ਮਾਹੌਲ ਵਧੀਆ ਬਣ ਗਿਆ। ਅੱਛਾ, ਇਸ ਸਾਰੇ ਦੌਰ ਦੇ ਵਿੱਚ ਬਾਈ ਕਦੇ ਤੁਸੀਂ ਮਾਨਸਿਕ ਤੌਰ 'ਤੇ ਕੁਛ ਝੱਲਿਆ? ਮਾਨਸਿਕ ਤੌਰ 'ਤੇ ਤਾਂ ਇਹ ਹੁੰਦਾ ਵੀ ਜਿਹੜੇ ਆਪਾਂ ਛੋਟੇ ਘਰਾਂ 'ਚੋਂ ਨਹੀਂ ਕਹਿ ਸਕਦੇ, ਮਤਲਬ ਵੀ ਆਰਥਿਕ ਪੱਖ ਤੋਂ ਕਮਜ਼ੋਰ ਘਰਾਂ 'ਚੋਂ ਆਏ ਹੁੰਦੇ ਹਾਂ ਨਾ, ਉਹਨਾਂ ਦੀਆਂ ਜ਼ਰੂਰਤਾਂ ਹੁੰਦੀਆਂ ਵੀ ਜੇ ਆਪਾਂ ਸ਼ਹਿਰ 'ਚ ਆ ਕੇ ਰਹਿ ਗਏ ਚਾਹੇ ਕਿਰਾਏ ਦੇ ਕਮਰੇ 'ਚ ਹੀ ਰਹਿੰਦੇ ਹਾਂ, ਉਹ ਚੀਜ਼ਾਂ ਉਹ ਲੋੜਾਂ ਜਿਹੀਆਂ ਜਦੋਂ ਨਹੀਂ ਪੂਰੀਆਂ ਹੁੰਦੀਆਂ ਨਾ, ਉਹ ਪੱਖ ਵੀ ਦੇਖਣਾ ਪੈਂਦਾ, ਅਤੇ ਉੱਦਾਂ ਫਰੀ ਰਹਿ ਕੇ ਹੋਰ ਕੋਈ ਕੰਮ ਹੁੰਦਾ ਨਹੀਂ। ਮਾਨਸਿਕ ਪੱਖ ਤਾਂ ਮੇਰਾ ਖਿਆਲ ਤਕਲੀਫ ਹਰੇਕ ਆਰਟਿਸਟ ਜ਼ਰੂਰ ਚੱਲਦਾ, ਥੋੜ੍ਹਾ ਬਹੁਤਾ ਟਾਈਮ ਤਾਂ ਇੱਦਾਂ ਦਾ ਆਉਂਦਾ ਹੀ ਹਰੇਕ ਆਰਟਿਸਟ। ਅੱਛਾ, ਬਹੁਤ ਵਾਰੀ ਨਾ ਇੰਡਸਟਰੀ 'ਚ ਇਹ ਗੱਲ ਸੁਣਨ ਨੂੰ ਮਿਲੀ, ਸ਼ਾਇਦ ਪਤਾ ਨਹੀਂ ਤੁਹਾਨੂੰ ਚੰਗੀ ਲੱਗੇ, ਪਤਾ ਨਹੀਂ ਲੱਗੇ, ਵੀ ਰਵਿੰਦਰ ਮੰਡ ਯਾਰ ਅਮਲੀ ਜਿਹਾ ਬੰਦਾ। ਅੱਛਾ, ਅਤੇ ਵੀ ਉਹ ਨਸ਼ੇ ਨੁਸ਼ੇ ਕਰਦਾ, ਤੁਸੀਂ ਇਸ ਚੀਜ਼ ਨੂੰ ਲੋਕਾਂ ਨੂੰ ਕਲੀਅਰ ਕਰੋ, ਕਿਉਂਕਿ ਤੁਹਾਡਾ ਇੱਕ ਤਾਂ ਕਿਰਦਾਰ ਉੱਦਾਂ ਦੇ ਦਿਖਾਏ ਨੇ ਜਿੰਨੀਆਂ ਫਿਲਮਾਂ ਦੇ ਵਿੱਚ, ਹਾਂਜੀ ਹਾਂਜੀ, ਅਤੇ ਉਹ ਲੋਕਾਂ ਦੀ ਨਜ਼ਰ ਦੇ ਵਿੱਚ ਆਏ ਆ ਵੀ ਤੁਸੀਂ ਸੈੱਟ ਜਿਹੇ ਰਹਿੰਦੇ ਹੋ। ਨਹੀਂ, ਸੈੱਟ ਦਾ ਚੱਕਰ ਨਹੀਂ, ਉਹ ਮੇਰੀ ਬਣਤਰੀ, ਮੇਰੀ ਸਿਹਤ ਹੀ ਇੱਦਾਂ ਦੀ ਹੈ ਨਾ, ਕੁਦਰਤੀ ਤੌਰ 'ਤੇ ਕਈ ਚਿਹਰੇ ਇੱਦਾਂ ਦੇ ਹੁੰਦੇ ਆ। ਜਿਵੇਂ ਇੱਕ ਪਿੰਡ ਦੀ ਗੱਲ ਸੁਣਾਉਣਾ ਮੈਂ ਤੁਹਾਨੂੰ, ਸੱਤ ਦੇ ਵਿੱਚ ਬੰਦੇ ਬੈਠੇ ਤਾਸ਼ ਖੇਡਦੇ ਆ, ਮੈਂ ਸ਼ੋਰਟ 'ਚ ਹੀ ਸੁਣਾਉਂਦਾ ਹੁੰਦਾ ਇਹ ਗੱਲ ਹੈ ਨਾ, ਤਾਸ਼ ਖੇਡਦੇ ਆ ਉਹ ਬੰਦੇ, ਇੱਕ ਬੰਦੇ ਨੇ ਆ ਕੇ ਉਹਨਾਂ ਨੂੰ ਪੁੱਛਿਆ, ਕਹਿੰਦਾ ਜੀ ਫਲਾਣੇ ਦੇ ਘਰ ਜਾਣਾ, ਉਹਨੇ ਪੱਤਾ ਸਿੱਟਿਆ ਅਤੇ ਉਹਦੇ ਥੱਪੜ ਮਾਰਿਆ, ਨਾਲੇ ਦੱਸਤਾ ਕਹਿੰਦਾ ਉਹ ਸਾਹਮਣੇ ਘਰ ਹੈ ਨਾ। ਠੀਕ ਹੈ, ਉਹ ਗਿਆ ਉਹਨਾਂ ਦੇ ਘਰੇ, ਕਹਿੰਦਾ ਤੁਹਾਡੀ ਤਾਂ ਇੱਜ਼ਤ ਹੀ ਕੋਈ ਨਹੀਂ ਪਿੰਡ ਦੇ ਵਿੱਚ, ਮੈਂ ਉਹਨੂੰ ਤੁਹਾਡੇ ਘਰ ਦਾ, ਕਹਿੰਦਾ ਪਤਾ ਪੁੱਛਿਆ ਉਹਨੇ ਮੇਰਾ ਥੱਪੜ ਮਾਰਿਆ ਜ਼ੋਰ ਦੇ ਹੈ ਨਾ, ਉਹ ਆਏ ਚੱਲ ਕੇ ਕਹਿੰਦੇ ਵੀ ਤੈਨੂੰ ਰਾਹ ਪੁੱਛਿਆ ਸੀ ਸਾਡੇ ਘਰ ਦਾ, ਪਤਾ ਪੁੱਛਿਆ ਸੀ ਤੂੰ ਥੱਪੜ ਕਿਉਂ ਮਾਰਿਆ, ਕਹਿੰਦਾ ਯਾਰ ਜੋ ਮਰਜ਼ੀ ਕਰ ਲਓ ਮੈਨੂੰ ਤਾਂ ਇਹ ਬੰਦਾ ਹੀ ਨਹੀਂ ਜਚਿਆ। ਸੋ ਉਹ ਗੱਲ ਹੈ ਵੀ ਕਈ ਚਿਹਰੇ ਹੀ ਇੱਦਾਂ ਦੇ ਹੁੰਦੇ ਆ ਵੀ ਲੱਗਦਾ ਹਰੇਕ ਨੂੰ ਲੱਗਦਾ ਰਹਿੰਦਾ ਵੀ ਸ਼ਾਇਦ ਨਸ਼ਾ ਪੱਤਾ ਕਰਦਾ ਹੋਵੇ, ਉੱਦਾਂ ਦੀ ਗੱਲਬਾਤ ਹੋਵੇ, ਪਰ ਉੱਦਾਂ ਦਾ ਹੁੰਦਾ ਕੁਛ ਨਹੀਂ। ਅੱਛਾ, ਆਪਣੇ ਅੰਦਰ
ਘੜਤਾਂ ਬਣ ਜਾਂਦੇ। ਅੱਛਾ ਬਾਈ ਜੀ, ਕਿਵੇਂ ਜੇ ਦੇਖਦੇ ਹੋ ਵੀ ਜਿਹੜੀਆਂ ਫਿਲਮਾਂ ਲਈ ਆ, ਤੁਹਾਨੂੰ ਕੰਮ ਮੰਗਣਾ ਨਹੀਂ ਆਉਂਦਾ ਜਾਂ ਮਿਲਦਾ ਘੱਟ ਆ, ਇਹ ਕੀ ਹੈ? ਤੁਹਾਨੂੰ ਕੰਮ ਮੰਗਣਾ ਨਹੀਂ ਆਉਂਦਾ ਜਾਂ ਮਿਲਦਾ ਘੱਟ ਆ, ਵੀ ਘੱਟ ਨਜ਼ਰ ਆਉਣੇ ਹੋ? ਕਈ ਬੰਦੇ ਨਾ ਦੁਕਾਨ ਕਰ ਲੈਂਦੇ ਆ, ਉਹਨਾਂ ਨੂੰ ਸੌਦਾ ਵੇਚਣਾ ਨਹੀਂ ਆਉਂਦਾ ਹੁੰਦਾ ਨਾ। ਮੇਰੇ ਕੋਲ ਦੁਕਾਨਦਾਰੀ ਹੈਗੀ, ਹਰ ਤਰ੍ਹਾਂ ਦੇ ਕਿਰਦਾਰ ਕਰ ਲੈਂਦਾ ਮੈਂ, ਸਭ ਕੁਛ ਲਿਖ ਲਈਦਾ, ਸਟੈਂਡ ਅਪ ਕਮੇਡੀ, ਸਿੰਗਿੰਗ, ਰਾਈਟਿੰਗ 'ਚ ਹਰ ਪੱਖ ਤੋਂ ਠੀਕ ਹੈ ਮੇਰਾ ਕੰਮ, ਹੈ ਨਾ। ਪਰ ਉਹ ਦੁਕਾਨ ਤਾਂ ਖੋਲ੍ਹ ਲਈ, ਪਰ ਸੌਦਾ ਵੇਚਣਾ ਨਹੀਂ ਆਉਂਦਾ। ਉਹ ਕਈ ਬੰਦਿਆਂ ਨੂੰ ਵੇਚਣਾ ਆਉਂਦਾ ਹੁੰਦਾ, ਅੰਦਰ ਕੁਛ ਨਹੀਂ ਹੁੰਦਾ, ਉਹ ਬਿਜ਼ਨਸ ਵਧੀਆ ਕਰਦਾ, ਮਾਰਕੀਟਿੰਗ, ਮਾਰਕੀਟਿੰਗ ਕਹਿ ਸਕਦੇ ਹਾਂ ਅੱਜ ਦੀ ਭਾਸ਼ਾ 'ਚ। ਸੋ ਮੈਨੂੰ ਲੱਗਦਾ ਉਹਦੇ 'ਚ ਮੇਰੀ ਉਹ ਘਾਟ ਹੈ। ਠੀਕ ਹੈ। ਅੱਛਾ ਬਾਈ ਜੀ, ਤੁਸੀਂ ਨਾ ਜਿਵੇਂ ਤੁਸੀਂ ਗੱਲ ਕਰੀ ਹੈ ਵੀ ਪੱਗ ਨੇ ਪਛਾਣ ਦਿੱਤੀ ਹੈ ਜੀ, ਇਹਨੇ ਦਿਨ ਦਲਜੀਤ ਦੋਸਾਂਝ ਦੀ ਬਹੁਤ ਵੱਡੀ ਚਰਚਾ ਸਾਰੇ ਪਾਸੇ, ਪੂਰੀ ਦੁਨੀਆ 'ਚ ਲਾ ਲਓ, ਆਲਮ 'ਚ ਲਾ ਲਓ, ਅਤੇ ਤੁਸੀਂ ਉਹਨਾਂ ਦੇ ਨਾਲ ਕੰਮ ਕਰਿਆ ਹੋਇਆ, ਕੁੜੀ ਲੁੱਟ ਪੁੱਟ ਕੇ ਲੈ ਗਈ, ਮੇਰੇ ਯਾਦ ਆ ਜਾਂਦਾ ਤੁਹਾਡਾ ਉਹ ਕਰੈਕਟਰ, ਉਹ ਗਾਣੇ ਦੀਆਂ ਯਾਦਾਂ ਥੋੜ੍ਹੀਆਂ ਜੀ ਦਲਜੀਤ ਬਾਰੇ ਦੱਸੋ, ਵੀ ਦਲਜੀਤ ਬਾਰੇ ਲੋਕਾਂ ਦੇ ਕਈ ਭਰਮ ਭੁਲੇਖੇ ਪਾਲ ਲੈਂਦੇ ਨੇ ਵੀ ਯਾਰ ਉਹ ਸਟਾਰ ਆ, ਤੁਸੀਂ ਤਾਂ ਨਾ ਰਿਹਾ ਕਿ ਥੋੜ੍ਹਾ ਦੱਸੋ। ਨਹੀਂ, ਉਹ ਸਟਾਰਾਂ ਵਾਲੀ ਫੀਲਿੰਗ ਤਾਂ ਨਾ ਮੈਂ ਤਕਰੀਬਨ ਇੰਡਸਟਰੀ ਦੇ ਸਾਰੇ ਕਲਾਕਾਰਾਂ ਨਾਲ ਕੰਮ ਕਰ ਲਿਆ, ਮੈਨੂੰ ਨਹੀਂ ਕਿਸੇ 'ਚੋਂ ਇੱਦਾਂ ਦਾ ਲੱਗਿਆ। ਸਾਰੇ ਭਰਾ ਵਾਂਗ ਸਮਝਦੇ ਆ, ਹੁਣ ਬਾਈ ਗਿੱਪੀ ਗਰੇਵਾਲ ਨਾਲ ਵੀ ਮੈਂ ਫਿਲਮਾਂ ਕੀਤੀਆਂ ਨੇ ਨਾ, ਦਲਜੀਤ ਬਾਈ ਨਾਲ ਵੀ ਉਹ ਦੱਸਦੇ ਹੈ ਵੀ ਅਗਰ ਟੀਮ ਵਰਕ ਹੈ ਵੀ ਆਪ ਤੋਂ ਜੂਨੀਅਰ ਬੰਦਿਆਂ ਨੂੰ ਦੱਸ ਕੇ ਵਧੀਆ ਕਰਾ ਲਾਂਗੇ, ਉਹਦੇ 'ਚ ਸਾਰਿਆਂ ਦਾ ਫਾਇਦਾ ਹੁੰਦਾ ਨਾ। ਠੀਕ ਹੈ। ਬਾਕੀ ਮੇਰੇ ਵਾਸਤੇ ਤਾਂ ਸਾਰੇ ਤਕਰੀਬਨ ਠੀਕ ਹੀ ਰਿਹਾ, ਮੇਰਾ ਤਾਂ ਮਾਹੌਲ ਸਾਰਿਆਂ। ਅੱਛਾ, ਉਹ ਸੈੱਟ ਦੀ ਯਾਦ ਦੱਸੋ, ਕਿਉਂਕਿ ਅੱਜ ਹਰ ਬੰਦਾ ਦਲਜੀਤ ਦੀਆਂ ਗੱਲਾਂ ਸੁਣਨੀਆਂ ਚਾਹੁੰਦਾ, ਕਿਸੇ ਬਹਾਨੇ ਵੀ ਹੋਣ, ਕਿਸੇ ਪੱਖ ਤੋਂ ਵੀ ਹੋਣ, ਤੁਸੀਂ ਨਾਲ ਸਮਾਂ ਗੁਜ਼ਾਰਿਆ ਸ਼ੂਟ ਦਾ, ਥੋੜ੍ਹੀ ਜਿਹੀ ਉਹਦੇ ਬਾਰੇ ਦੱਸੋ, ਉਹ ਜੱਗਾ ਟੂਸਿਆਂ ਦੀ ਫਰਮਾਇਸ਼ 'ਚ ਜਦੋਂ ਚੱਲਦਾ ਕੰਮ। ਹਾਂਜੀ, ਗਾਣਾ ਉਹ ਜਿਹੜਾ ਸੀ, ਹਾਂਜੀ ਹਾਂਜੀ, ਗਾਣਾ ਵਧੀਆ, ਉਹਦੇ 'ਚ ਕਿਰਦਾਰ ਜਿਹੜਾ ਮੇਰਾ ਸੀ ਨਾ, ਉਹ ਜਿਵੇਂ ਬਿਜ਼ਨਸ ਹੈ, ਕੁੜੀ ਦੇ ਚੱਕਰ 'ਚ ਪੈ ਕੇ ਇੱਕ ਭਰਾ ਉਹ ਟਰੱਕ ਵੇਚੀ ਜਾਂਦਾ, ਹੈ ਨਾ, ਵੀ ਆਪਣਾ ਬਿਜ਼ਨਸ ਘਾਟੇ 'ਚ, ਇਹ ਸੱਚੀ ਕਹਾਣੀ ਹੈ ਕਿਸੇ ਮਿੱਤਰ ਪਿਆਰੇ ਦੀ ਸ਼ਾਇਦ। ਅਤੇ ਉਹਦੇ 'ਚ ਮੇਰਾ ਕਿਰਦਾਰ ਸੀਗਾ ਜਿਹੜਾ ਮੈਂ ਵਾਰ ਵਾਰ ਰੋਕਦਾ ਉਸੇ ਭਰਾ ਨੂੰ, ਜਦੋਂ ਫ੍ਰੀ ਟਾਈਮ ਅਸੀਂ ਬੈਠੇ ਹੁੰਦੇ ਸੀ ਅਤੇ ਫੰਕਸ਼ਨ ਦੀਆਂ ਗੱਲਾਂ ਵੀ ਉਹ ਕਰਦੇ ਨੇ, ਬਾਕੀ ਉਹ ਪਰਮਾਤਮਾ ਨਾਲ ਜੁੜੀ ਹੋਈ ਸ਼ਖਸੀਅਤ ਹੈ, ਉਹ ਕੋਸ਼ਿਸ਼ ਕਰਦੇ ਵੀ ਉਹ ਕਿਸੇ ਦੀ ਗੱਲ ਨਹੀਂ ਕਰਦੇ, ਆਪਣੇ ਆਪ 'ਚ ਹੀ ਰਹਿੰਦੇ। ਅੱਛਾ, ਇਹ ਪੋਜ਼ਿਟਿਵਿਟੀ ਬਾਈ ਤੁਸੀਂ ਕਿਵੇਂ ਦੇਖਦੇ ਹੋ? ਤੁਸੀਂ ਵੀ ਕਦੇ ਹੁੰਦੇ ਹੋ, ਮਤਲਬ ਤੁਹਾਡੇ ਅੰਦਰ ਵੀ ਕੋਈ ਨੈਗੇਟਿਵਿਟੀ ਜਾਂ ਕੁਛ ਆਉਂਦੀ ਹੈ, ਕਿਵੇਂ ਬਾਹਰ ਕਿਵੇਂ ਕੱਢਦੇ ਹੋ, ਆਪਣੇ ਅੰਦਰ ਨੂੰ ਸਾਫ਼ ਕਿਵੇਂ ਕਰਦੇ ਹੋ ਤੁਸੀਂ? ਚੱਕਰ ਇੱਦਾਂ ਵੀ ਜਿੰਨਾ ਸੰਘਰਸ਼ ਹੋ ਗਿਆ, ਇੱਕ ਤਾਂ ਹੋ ਜਾਂਦਾ ਵੀ ਦੂਜੇ ਨੂੰ ਦੇਖ ਕੇ ਤੁਹਾਨੂੰ ਲੱਗਦਾ ਯਾਰ ਮੈਂ ਇਹ ਕੰਮ ਕਿਉਂ ਨਹੀਂ ਕਰ ਸਕਦਾ, ਵੀ ਉਸ ਬੰਦੇ ਕੋਲ ਇੰਨਾ ਕੰਮ ਹੈ ਕਿਸੇ ਵੀ ਆਰਟਿਸਟ ਕੋਲ, ਹੈ ਨਾ, ਵੀ ਮੈਂ ਫ੍ਰੀ ਹਾਂ। ਪਰ ਜਦੋਂ ਆਪ ਤੋਂ ਦੂਜੇ ਦੇਖੀਦੇ, ਜਿਹੜੇ ਮੈਥੋਂ ਵੀ ਸੀਨੀਅਰ ਬੰਦੇ ਵਿਚਾਰੇ, ਇੰਨਾ ਟਾਈਮ ਹੋ ਗਿਆ ਸੰਘਰਸ਼ ਕਰਦੇ, ਹੈ ਨਾ, ਫਿਰ ਆਪਣੇ ਆਪ ਨੂੰ ਜਿਵੇਂ ਉਹ ਕਹਿੰਦੇ ਹੁੰਦੇ ਆ ਵੀ ਜੇ ਤੈਨੂੰ ਆਪਣੇ ਦੁੱਖ ਵੱਡੇ ਲੱਗਦੇ ਆ, ਕਦੇ PGI ਗੇੜਾ ਮਾਰ ਕੇ ਆਈ, ਤੈਨੂੰ ਸਾਰਾ ਕੁਛ ਫਰਕ ਲੱਗਣ ਲੱਗ ਜੂਗਾ ਵੀ ਤੂੰ ਦੁਖੀ ਹੈ ਜਾਂ ਹੋਰ ਦੁਖੀ ਨੇ, ਹੈ ਨਾ। ਠੀਕ ਹੈ, ਉਹ ਚੀਜ਼ਾਂ ਬੈਲੈਂਸ ਕਰ ਰੱਖਦੀਆਂ। ਅੱਛਾ ਬਾਈ, ਉਹ ਚੀਜ਼ ਨੂੰ ਕਿਵੇਂ, ਕਿਉਂਕਿ ਜਦੋਂ ਕੈਸਟਾਂ ਵਾਲਾ ਦੌਰ ਸੀ, ਉਹ VCD ਦਾ ਦੌਰ ਸੀ, ਉਹਦੇ ਤੁਹਾਡੀ ਇੱਕ ਕੈਸਟ ਆਈ ਸੀ ਮੰਡ ਝੂਠ ਦੀ ਪੰਡ, ਹਾਂਜੀ, ਅਤੇ ਉਹਦੀਆਂ ਮੇਰੇ ਨਾ ਕਈ ਬਚਪਨ ਦੀਆਂ ਮੈਮਰੀਜ਼ ਨੇ, ਅਸੀਂ ਬੜੀ ਘਸਾਈ ਆ ਉਹ ਰੀਲ, ਉਹ ਕਹਿੰਦਾ ਵੀ ਮੈਂ ਆ ਮੇਲੋ ਬਾਹਰ ਜਾ ਕੇ ਖੇਲੋ, ਉਹ ਥੋੜ੍ਹੀ ਦੱਸੋ। ਅਸਲ 'ਚ ਨਾ ਮਾਨ ਸਾਹਿਬ ਦੇ ਗਰੁੱਪ 'ਚ ਰਹਿਣ ਕਰਕੇ ਮੈਂ ਬਾਈ ਕਰਮਜੀਤ ਅਨਮੋਲ ਅਤੇ ਜਗਤਾਰ ਜੱਗੀ ਭਾਅ ਜੀ ਇਸ ਲਾਈਨ 'ਚ ਮੈਨੂੰ ਲੈ ਕੇ ਆਏ ਸੀ ਜੀ, ਉਹਨਾਂ ਦੇ ਨਾਲ ਰਹਿਣ ਕਰਕੇ ਜਿਵੇਂ ਉਹ ਪੈਰੋਡੀ ਦੇ ਰਾਹੀਂ ਵਿਅੰਗ ਕਰਦੇ ਹੁੰਦੇ ਸੀ ਜੀ, ਉਹ ਚੀਜ਼ ਅੰਦਰ ਪਕੜ ਹੈਗੀ ਸੀ ਉਹ ਲਿਖਣ ਦੀ, ਹੈ ਨਾ, ਤੁਕਬੰਦੀ ਕਰਨ ਦੀ ਜੀ। ਜਿਵੇਂ ਗਾਣੇ ਵੀ ਕਾਫੀ ਮੈਂ ਲਿਖਿਆ ਭੱਲਾ ਸਾਹਿਬ ਦੇ ਛਣਕਾਟਿਆਂ 'ਚ ਵੀ ਮੇਰੇ ਚੱਲੇ, ਕੀ ਵਾਕਾ ਹੋ ਗਿਆ ਪੁਲਿਸ ਚੜ੍ਹ ਆਈਏ, ਤੇਰੀ ਮੂੰਗੀ ਮਸਰੀ ਨੇ ਟੱਬਰ ਦੀ ਸਿਹਤ ਡਾਊਨ ਜੀ ਕਰਤੀ, ਹਿੰਦੀ ਵਾਲੀ ਮੈਡਮ ਦੀ ਮਾਸਟਰ ਪੂਜਾ ਕਰਦੇ, ਹੈ ਨਾ, ਉਸ ਤਰ੍ਹਾਂ ਦੇ ਗਾਣੇ। ਉਸ ਤੋਂ ਬਾਅਦ ਬੱਚਿਆਂ ਦੀਆਂ ਕੈਸਟਾਂ ਵੀ ਮੈਂ ਕੀਤੀਆਂ ਨੇ ਉੱਧਰਲੇ ਪਾਸੇ ਨੂੰ ਵੀ, ਉਹ ਤੁਕਬੰਦੀ ਦਾ ਮੇਰਾ ਮਾਹੌਲ ਜਿਹਾ ਠੀਕ ਸੀ ਅਤੇ ਮੈਨੂੰ ਗੱਲ ਵਧੀਆ ਲੱਗਦੀ ਹੈ। ਅਗਰ ਤੁਸੀਂ ਕਿਸੇ ਚੁਟਕਲੇ ਨੂੰ ਇੱਕ ਤਾਂ ਚੁਟਕਲਾ ਸਿੱਧਾ ਸੁਣਾ ਦੇਣਾ, ਇੱਕ ਉਹਨੂੰ ਰਾਈਮ 'ਚ ਕਰਕੇ ਸੁਣਾ ਦੇਣਾ, ਬਿਲਕੁਲ, ਹੈ ਨਾ, ਕਹਿੰਦਾ ਹੋਰ ਸੁਣਾ ਤੇਰੀ ਘਰ ਵਾਲੀ ਦਾ ਕੀ ਹਾਲ ਹੈ, ਕਹਿੰਦਾ ਘਰ ਵਾਲੀ ਦੇਖਣ ਨੂੰ ਠੀਕ ਹੈ ਪਰ ਉਹਦੀ ਯਾਦਾਸ਼ਤ ਬੜੀ ਵੀਕ ਹੈ। ਪਰਸੋਂ ਸ਼ਾਮ ਨੂੰ ਮੈਂ ਡਿਊਟੀ ਤੋਂ ਆਇਆ, ਉਹਨੇ ਭਰੇ ਬਾਜ਼ਾਰ 'ਚ ਮੈਨੂੰ ਪਿੱਛੋਂ ਆਵਾਜ਼ ਮਾਰ ਕੇ ਬੁਲਾਇਆ,
ਉਹਦੀ ਅਗਲੀ ਗੱਲ ਸੁਣ ਕੇ ਮੇਰੇ ਦਿਮਾਗ ਦੇ ਪੇਚ ਹੋ ਗਏ ਢਿੱਲੇ ਸੀ। ਮੈਨੂੰ ਕਹਿੰਦੀ ਵੀਰੇ ਆਪਾਂ ਪਹਿਲਾਂ ਕਿੱਥੇ ਮਿਲੇ ਸੀ, ਇਹ ਚੁਟਕਲਾ ਇਹਨੂੰ ਆਪਾਂ ਰਾਈਮ 'ਚ ਕਰ ਲਿਆ। ਉਹ ਆਪਣੀ ਮੁਹਾਰਤ ਹੈ, ਪਰਮਾਤਮਾ ਵੱਲੋਂ ਬਖਸ਼ਿਸ਼ ਹੈ ਵੀ ਆਪਾਂ ਉਹ ਚੀਜ਼ ਨਹੀਂ ਇੱਕ ਉਹ ਤੁਸੀਂ ਉਹ ਉਹ ਵੀ ਆ ਵੀ ਉਹ ਕਹਿੰਦਾ ਵੀ ਪਿਛਲੀ ਵਾਰੀ ਇਹ ਛਾਪ ਛੱਡ ਕੇ ਗਏ ਸੀ, ਐਤਕੀ ਕੜਾ ਕੁੜਾ ਛੱਡ ਜਾਣਗੇ। ਇੱਦਾਂ ਗੱਲਾਂ 'ਚੋਂ ਗੱਲਾਂ ਬੀਨੂ ਬਾਈ ਉਹਨਾਂ ਦੇ ਨਾਲ ਰਹਿਣ ਦਾ ਅਸਰ ਹੈ। ਅੱਛਾ, ਹਾਂਜੀ। ਅੱਛਾ ਬਾਈ, ਇਹ ਕਿਵੇਂ ਜੇ ਦੇਖਦੇ ਹੋ ਅੱਜ ਉਹ ਕਲਾਕਾਰ ਨੇ, ਹੈ ਨਾ? ਮਤਲਬ ਕਈ ਵਾਰੀ ਇਹ ਹੁੰਦਾ ਵੀ ਕਲਾਕਾਰ ਜਦੋਂ ਵੱਡਾ ਹੋ ਜਾਂਦਾ ਨਾ ਬਾਕੀਆਂ ਨੂੰ ਛੋਟਾ ਸਮਝਣ ਲੱਗ ਪੈਂਦਾ। ਤੁਸੀਂ ਇਹਨਾਂ ਕਲਾਕਾਰਾਂ ਦੇ ਵਿੱਚ ਕੀ ਅਬਜ਼ਰਵ ਕਰਿਆ ਵੀ ਇਹ ਇੰਨੇ ਜ਼ਮੀਨ ਨਾਲ ਜੁੜੇ ਹੋਏ ਨੇ, ਇੰਨੀ ਮੁਹੱਬਤ ਨੇ, ਇਹ ਸਾਰਾ ਕੁਝ ਕਿਵੇਂ ਹੋ ਜਾਂਦਾ, ਕਿਵੇਂ ਵਾਪਰਦਾ? ਅਸਲ 'ਚ ਉਹ ਸਾਡੇ ਵਾਲੇ ਮਾਹੌਲ 'ਚੋਂ ਹੀ ਗਏ ਹੋਏ ਆ ਨਾ, ਜਿਵੇਂ ਤਾਂ ਅਸੀਂ ਜਿਹੜੇ ਮਾਹੌਲ 'ਚੋਂ ਨਿਕਲੇ ਹਾਂ ਉਸੇ ਮਾਹੌਲ 'ਚੋਂ, ਉਹ ਪਿੰਡਾਂ 'ਚੋਂ ਸੰਘਰਸ਼ ਕਰਕੇ ਹੀ ਉਹ ਆਏ ਹੋਏ ਆ। ਉਹੀ ਸਾਡੇ ਵਾਲੀਆਂ ਹੀ ਉਹਨਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ, ਉਹਨਾਂ ਨੂੰ ਆਏ ਵੀ ਉਹਨਾਂ ਦਾ ਲਹਿਜਾ ਸਾਡੇ ਨਾਲ ਥੋੜ੍ਹਾ ਜਿਹਾ ਹੋਰ ਘੈਂਟ ਹੁੰਦਾ, ਹੈ ਨਾ, ਵਧੀਆ ਲੱਗਦਾ। ਉਵੇਂ ਹੀ ਫਿਰ ਘੁਲ ਮਿਲ ਜਾਈਦਾ, ਉੱਦਾਂ ਦੀ ਜਿਵੇਂ ਉੱਧਰੋਂ ਬੋਲੀ ਬਣਾ ਕੇ ਆਉਂਦੀ ਆ ਉਵੇਂ ਦਾ ਹੀ ਪੰਚ ਇੱਧਰੋਂ, ਹੈ ਨਾ। ਅੱਛਾ, ਉਹ ਫਿਰ। ਅੱਛਾ, ਮਾਨ ਸਾਹਿਬ ਦੇ ਨਾਲ ਵੀ ਤੁਸੀਂ ਕੰਮ ਕਰਿਆ? ਮਾਨ ਸਾਹਿਬ ਨਾਲ ਮੈਂ ਜੁਗਨੇ ਵਿੱਚ ਥੋੜ੍ਹਾ ਬਹੁਤਾ ਕੀਤਾ। ਅੱਛਾ, ਕੋਈ ਯਾਦ, ਕੋਈ ਜੇ ਕੋਈ ਮਤਲਬ ਅੱਜ ਜਿੱਦਾਂ ਦੇਖਦੇ ਨੇ, ਹੈ ਨਾ, ਅੱਜ ਉਹ ਬੋਲਦੇ ਨੇ ਸਟੇਜ 'ਤੇ ਪੂਰਾ ਗੜਕਦੇ ਨੇ, ਹਾਂਜੀ, ਮਤਲਬ ਕਦੇ ਫਾਇਦਾ ਵੀ ਚੱਕਿਆ ਮਾਨ ਸਾਹਿਬ ਦੇ ਸਾਥੀ ਹੋਣ ਦਾ? ਨਹੀਂ, ਫਾਇਦਾ ਦਾ ਚੱਕਰ ਐਂ ਵੀ ਲੋਕ ਪਛਾਣ ਲੈਂਦੇ ਆ ਵੀ ਇਹ ਵੀ ਬੰਦਾ ਨਹੀਂ, ਕਈ ਵਾਰੀ ਨਾਕੇ ਨੂਕੇ 'ਤੇ ਰਾਹ ਖੇੜੇ 'ਤੇ ਨਹੀਂ, ਉਹ ਡਰ ਲੱਗਦਾ, ਉਹ ਫਿਰ ਅਗਲਾ ਕਹਿੰਦਾ ਗੱਲ ਦੂਰ ਤੱਕ ਜਾਂਦੀ ਹੈ, ਹੈ ਨਾ। ਕਦੇ ਸਿਫਾਰਿਸ਼ ਵਾਲਾ ਕੰਮ ਨਹੀਂ ਕਰਿਆ, ਕਦੇ ਕਿਸੇ ਨੂੰ ਕਿਹਾ ਨਹੀਂ ਕਿਸੇ ਕਲਾਕਾਰ ਬਾਰੇ, ਹੈ ਨਾ, ਠੀਕ ਹੈ, ਕਿਉਂਕਿ ਆਪਣੇ ਭਰਾ ਹੈਗੇ ਆ ਸਾਰੇ ਕਲਾਕਾਰ, ਉੱਦਾਂ ਹੀ ਆਪਾਂ ਨੂੰ ਪਛਾਣ ਹੀ ਲੈਂਦੇ ਆ ਜਿੱਥੇ ਕਿਸੇ ਕੋਲ ਕੋਈ ਕੰਮ ਹੋਵੇ ਨਾ। ਕੋਈ ਸਿਫਾਰਿਸ਼ ਵਾਲਾ ਅੱਜ ਤੱਕ ਨਹੀਂ, ਜਿੱਥੇ ਲਾਈਨ 'ਚ ਲੱਗਣਾ ਉੱਥੇ ਲਾਈਨ 'ਚ ਹੀ ਲੱਗੀਦਾ, ਠੀਕ ਹੈ, ਕਦੇ ਦੁਰਵਰਤੋਂ ਨਹੀਂ ਜਾਣੀ? ਨਾ ਨਾ, ਮਤਲਬ ਹੀ ਨਹੀਂ। ਅੱਛਾ, ਦੁਰਵਰਤੋਂ ਆਪਾਂ ਕਿਹੜਾ ਕੋਈ ਵੱਡਾ ਕ੍ਰਾਈਮ ਕੀਤਾ ਹੋਇਆ ਵੀ ਕਿ ਹੈਲਪ ਦੀ ਲੋੜ ਨਹੀਂ। ਇੱਕ ਵਾਰੀ ਨਾ ਮੇਰੇ ਯਾਦ ਆ ਗਿਆ ਪੁਰਾਣੇ ਕੋਈ ਕਿੱਸਾ, ਉਹ ਕਹਿੰਦਾ ਵੀ ਯਾਰ ਕੋਈ ਬੰਦਾ ਸੀ ਅਤੇ ਉਹ ਮੰਤਰੀ ਮੁੱਖ ਮੰਤਰੀ ਬਣ ਗਿਆ, ਤਾਂ ਉਹਦਾ ਮਿੱਤਰ ਉਹਨੂੰ ਕਹਿੰਦਾ ਯਾਰ ਵੀ ਮੇਰੇ ਕੰਮ ਕੁੰਮ ਨਹੀਂ ਹੋ ਰਹੇ, ਮੈਂ ਕਿੱਦਾਂ ਮੈਂ ਹੈ ਨਾ ਕਰਾਂ, ਅਤੇ ਉਹ ਕਹਿੰਦਾ ਯਾਰ ਕੋਈ ਗੱਲ ਨਹੀਂ, ਮੇਰਾ ਉਹਦੇ ਨਾ ਪ੍ਰੋਗਰਾਮ ਆ ਅਤੇ ਤੂੰ ਪੰਡਾਲ 'ਚ ਆ ਜੀ, ਮੋਰਲੀ ਸੀਟ 'ਤੇ ਬਹਿ ਜੀ, ਅਤੇ ਉੱਥੇ ਮੈਂ ਤੇਰਾ ਨਾਮ ਲੈ ਦੂੰਗਾ। ਵੀ ਉਹਨੇ ਫਿਰ ਪੰਡਾਲ ਦੇ ਵਿੱਚ ਨਾਂ ਲੈ ਲਿਆ ਵੀ ਫਲਾਨਾ ਸਿੰਘ ਆਪਣਾ ਮਿੱਤਰ ਆ, ਮਾੜਾ ਧਿਆਨ ਰੱਖੋ। ਫਿਰ ਕਹਿੰਦਾ ਮੈਂ ਜਿੱਧਰ ਜਾਵਾਂ ਕੰਮ ਹੋਈ ਜਾਣ, ਅਤੇ ਕਦੇ ਇਹ ਨਹੀਂ ਹੋਇਆ ਵੀ ਮਾਨ ਸਾਹਿਬ ਦੇ ਪੰਡਾਲ 'ਚ ਜਾ ਕੇ ਬੈਠੀਏ ਵੀ ਉਹ ਦੂਰੋਂ ਕਹਿਣਗੇ ਵੀ ਰਵਿੰਦਰ ਮੰਡ ਬਈ ਆਪਣਾ ਬੰਦਾ, ਧਿਆਨ ਰੱਖਿਓ। ਨਹੀਂ, ਐਂ ਹੁਣ ਉੱਥੇ ਜਲੰਧਰ ਪ੍ਰੋਗਰਾਮ ਸੀਗਾ, ਪੰਜਾਬ ਪੁਲਿਸ ਦਾ ਪ੍ਰੋਗਰਾਮ ਸੀ, ਉਹਨਾਂ ਨੇ ਕਰਵਾਇਆ ਸੀ ਨਾ। ਹਾਂਜੀ, ਬੀਨੂ ਬਾਈ ਜੀ ਅਤੇ ਕਰਮਜੀਤ ਅਨਮੋਲ ਬਾਈ ਜੀ ਨਾਲ ਬੈਠੇ ਸੀ ਮਾਨ ਸਾਹਿਬ ਦੇ, ਹੈ ਨਾ। ਉਹਨਾਂ ਨੇ ਮੈਨੂੰ ਬੁਲਾ ਲਿਆ ਸੀ, ਬੀਨੂ ਬਾਈ ਉਹਨਾਂ ਨੇ ਵੀ ਆ ਜਾਓ ਬੁਲਾ ਲਿਆ ਨਾ, ਅਤੇ ਦੱਸਿਆ ਉਹਨਾਂ ਨੂੰ ਮਾਨ ਸਾਹਿਬ ਨੇ ਹੱਥ ਹੱਥ ਮਿਲਾਇਆ, ਵਧੀਆ ਹੋਰ ਕੀ ਕਰਦਾ ਹੁਣ ਅੱਜ ਕੱਲ੍ਹ, ਬਸ ਇਹੀ ਹੁੰਦਾ ਵੱਡੇ ਭਰਾਵਾਂ ਸੀਲ ਬਦਲ ਨਾ, ਹੁਣ ਐਡੇ ਵੱਡੇ ਰੁਤਬੇ 'ਤੇ ਇੰਨਾ ਟਾਈਮ ਕਿੱਥੇ, ਹੈ ਨਾ ਜੀ, ਵੀ ਦੋ ਦੋ ਘੰਟੇ ਬੈਠੇ ਗੱਲਾਂ ਮਾਰੀ ਜਾਈਏ। ਅੱਛਾ, ਪਰ ਮਤਲਬ ਲੋਕਾਂ ਨੂੰ ਬਹੁਤ ਚਾਅ ਹੁੰਦਾ ਨਾ ਵੀ ਗੱਲਾਂ ਸੁਣਨ ਦਾ ਜਾਂ ਟੁੱਟੀ ਦਾ ਲੱਗੀ ਦਾ, ਤੁਹਾਡੇ 'ਚ ਵੀ ਕਦੇ ਕਈ ਕੜੱਤਣ ਆਈ ਆ ਜਾਂ ਕਿਸੇ ਨੇ ਫਾਇਦਾ ਚੱਕਣ ਦੀ ਵੀ ਬਹੁਤ ਲੋਕ ਕੋਸ਼ਿਸ਼ ਕਰਦੇ ਨਾ, ਜਿਵੇਂ ਬੀਨੂ ਬਾਈ ਨੇ ਤੁਹਾਡਾ ਫੋਨ ਨਹੀਂ ਚੱਕਿਆ ਕਿਸੇ ਕੋਲੇ ਤਾਂ ਲੋਕ ਭਰ ਦਿੰਦੇ ਨੇ ਬੰਦੇ ਨੂੰ ਯਾਰ ਵੀ ਉਹ ਵੱਡਾ ਬਣ ਗਿਆ, ਤੁਸੀਂ ਫਿਰ ਇਹ ਚੀਜ਼ਾਂ ਹੋਈਆਂ ਕਦੇ? ਨਾ ਨਾ, ਮੈਨੂੰ ਬਈ ਵਾਪਸ ਆ ਜਾਂਦਾ ਫੋਨ, ਚਾਹੇ ਦੋ ਤਿੰਨ ਦਿਨ ਬਾਅਦ ਯਾਦ, ਉਹ ਹਾਂ ਪਰਸੋਂ ਸ਼ਾਮ ਨੂੰ ਤੇਰਾ ਫੋਨ ਆਇਆ ਸੀ, ਚਾਹੇ ਤਿੰਨ ਦਿਨ ਬਾਅਦ ਆਵੇ ਮੈਨੂੰ ਸਾਰੇ ਕਰ ਲੈਂਦੇ। ਅੱਛਾ, ਹਾਂਜੀ ਫੋਨ। ਅੱਛਾ, ਹੁਣ ਕਿਵੇਂ ਜੇ ਦੇਖਦੇ ਹੋ ਬਾਈ ਹੁਣ ਵੋਟਾਂ 'ਚ ਖੜੇ ਨੇ ਕਰਮਜੀਤ ਅਨਮੋਲ ਜੀ, ਲਾਈਨ ਇੱਕ ਤੋਂ ਬਾਅਦ ਇੱਕ, ਜਿੱਦਾਂ ਬਾਈ ਪਹਿਲਾਂ CM ਮਾਨ ਸਾਹਿਬ ਹੋ ਗਏ, ਫਿਰ ਕਰਮਜੀਤ ਜੀ ਹੋ ਗਏ, ਬੀਨੂ ਬਾਈ ਹੋ ਗਏ, ਹੁਣ ਤਾਂ ਤੁਹਾਡੀਆਂ ਥੋੜ੍ਹੇ ਨਾਲ ਕਿਹੋ ਜਿਹੀਆਂ ਸਿਆਸਤ ਦੀਆਂ ਹੀ ਗੱਲਾਂ ਹੁੰਦੀਆਂ ਨੇ ਕਲਾਕਾਰਾਂ? ਨਾ ਨਾ, ਸਿਆਸਤ ਵਾਲਾ ਕਰਮਜੀਤ ਭਾਈ ਸਿਆਸਤ ਵਾਲੇ ਹੈ ਨਹੀਂ, ਹੈ ਨਾ, ਆਮ ਜ਼ਿੰਦਗੀ 'ਚ ਉਹ ਸਿਆਸਤ ਹੈ ਉਹਨਾਂ ਦੇ, ਹੈ ਨਾ, ਉਹਦਾ ਕਹਿ ਲਓ ਵੀ ਇੱਕ ਡਿਊਟੀ ਲੱਗੀ ਹੈ ਇੱਕ। ਅੱਛਾ, ਹਾਂ ਬਾਈ, ਉਹਨੇ ਤਾਂ ਵਿਚਾਰੇ ਸਿਆਸਤ ਵਾਲੇ ਤਾਂ ਹੈ ਨਹੀਂ ਜੀ, ਪਰ ਇੱਕ ਇਹ ਹੈ ਵੀ ਬੰਦਾ ਬਹੁਤ ਵਧੀਆ, ਇਨਸਾਨ ਵਧੀਆ, ਸਭ ਦੇ ਕੰਮ ਆਉਣ ਵਾਲਾ, ਅਗਰ ਉਸ ਹਲਕੇ ਤੋਂ ਉਹਨੂੰ ਬਣਾ ਕੇ ਭੇਜਦੇ ਆ, ਨੁਮਾਇੰਦਾ ਬਣਾਉਂਦੇ ਆ ਲੋਕ, ਮੇਰੇ ਖਿਆਲ 'ਚ ਉਹਨਾਂ ਤੋਂ ਵਧੀਆ ਬੰਦਾ ਨਹੀਂ ਮਿਲਣਾ ਕਰਮਜੀਤ ਅਨਮੋਲ। ਅੱਛਾ ਬਾਈ ਨਾਲ ਕੋਈ ਗੱਲ ਜਿਹੜੀ ਮਤਲਬ ਤੁਸੀਂ ਨੋਟੀ ਬਾਬਾ ਇਨ ਟਾਊਨ ਸ਼ਾਇਦ ਉਹਦੇ 'ਚ ਵੀ? ਹਾਂ, ਮੈਂ ਪਲੇ ਉਹ ਕੀਤਾ ਬੀਨੂ ਬਾਈ ਨਾਲ, ਕਰਮਜੀਤ ਅਨਮੋਲ ਬਾਈ ਸੀਗੇ ਅਤੇ ਭੱਲਾ ਸਾਹਿਬ ਸੀ, BN ਸ਼ਰਮਾ ਜੀ, ਰਾਣਾ ਰਣਵੀਰ ਬਾਈ, ਜੱਗੀ ਧੂਰੀ, ਹੈ ਨਾ, ਨਿਸ਼ਾ ਬਾਨੂ ਜੀ, ਉਹਨੇ ਅਸੀਂ ਸਾਰੇ ਹੁੰਦੇ ਸੀ,
ਕਰਕੇ ਆਏ ਹਾਂ ਪਲੇਆਂ 'ਚ ਤਾਂ ਫਿਰ ਤੁਹਾਨੂੰ ਪਤਾ ਯਾਦਾਂ ਜੁੜਦੀਆਂ ਹੀ ਰਹਿਣੀਆਂ। ਅੱਛਾ ਉੱਥੇ ਜਿਵੇਂ ਮਤਲਬ ਇਕੱਠੇ ਹੋਣਾ ਸਰਕਲ ਦੇ ਵਿੱਚ ਇਹ ਹੁੰਦਾ ਨਾ ਵੀ ਥੋੜ੍ਹੀ ਚੀਜ਼ ਵਧੀਆ ਲੱਗਦੀ ਆ, ਘੱਟ ਖਾਈਏ ਵੱਧ ਗੱਲਾਂ ਕਰੀਏ, ਇੱਦਾਂ ਦਾ ਹੁੰਦਾ ਉੱਥੇ। ਉਹ ਫਿਰ ਕਿਵੇਂ ਜੇ ਰਿਹਾ ਜਦੋਂ ਜਹਾਜ਼ ਦਾ ਸਫ਼ਰ ਸੀ ਕੋਈ, ਕਿਉਂਕਿ ਜਿਵੇਂ ਮਾਨ ਸਾਹਿਬ ਸੁਣਾਉਂਦੇ ਨੇ ਵੀ ਉਹ ਜਹਾਜ਼ ਦੇ ਵਿੱਚ ਉਹਨਾਂ ਨੇ ਭਾਸ਼ਾ ਹੋਰ ਬਦਲ ਲਈ, ਤੁਹਾਡੇ ਨਾਲ ਕੋਈ ਇੱਦਾਂ ਦਾ ਕਿੱਸਾ ਰਿਹਾ ਸੀ? ਮੇਰੇ ਨਾਲ ਜਹਾਜ਼ 'ਚ ਤਾਂ ਭਰਾ ਗੱਲਾਂ ਤਾਂ ਇਹਨਾਂ ਨੂੰ ਹੀ ਔੜਦੀਆਂ, ਮੈਨੂੰ ਤਾਂ ਡਰ ਹੀ ਲੱਗੀ ਸੀ ਜਦੋਂ ਬੱਦਲਾਂ 'ਚ ਜਾ ਕੇ ਐਂ ਜਿਹਾ ਕਰਦਾ ਨਾ, ਮੈਂ ਤਾਂ ਦੇਖਦਾ ਵੀ ਸਾਰੇ ਬੈਠੇ ਆ, ਮੈਨੂੰ ਤਾਂ ਐਂ ਜਿਹਾ ਲੱਗਣ ਲੱਗਿਆ। ਉਹ ਮੈਨੂੰ ਹੈਗਾ ਉਚਾਈ ਤੋਂ ਥੋੜ੍ਹਾ ਜਿਹਾ ਮੇਰੇ ਅੰਦਰ ਹੈਗਾ ਡਰ ਜਿਹਾ। ਅੱਛਾ, ਮਤਲਬ ਕੀ ਕੀ ਆ ਹੁਣ ਤੁਸੀਂ ਐਕਟਿੰਗ ਨੂੰ ਕਿਵੇਂ ਸੋਚਦੇ ਹੋ ਵੀ ਇੱਥੋਂ ਪੈਸਾ ਇਕੱਠਾ ਕਰਨਾ, ਸ਼ੌਂਕ ਪੂਰਾ ਕਰਨਾ ਬੱਚਿਆਂ ਨੂੰ ਅੱਗੇ, ਕਿੱਦਾਂ ਤੁਹਾਡੇ ਮਨ 'ਚ ਕੀ ਚੱਲਦਾ ਹੁਣ? ਚੱਕਰ ਇਹ ਹੈ ਵੀ ਗੋਰਿਆਂ ਵਾਲੀ ਸੋਚ ਹੈ ਵੀ ਇੱਕ ਪੜ੍ਹਾਉਣਾ ਆਪਣੇ ਫਰਜ਼ ਜਿਹੜੇ ਹੈ ਮੁੱਢਲੇ ਬੇਸਿਕ ਹਨ ਜੀ, ਉਹ ਪੂਰੇ ਜ਼ਰੂਰ ਕਰੀਏ। ਬਾਕੀ ਵਕਤ ਦਾ ਪਤਾ ਨਹੀਂ ਬੱਚਿਆਂ ਨੇ ਕੀ ਕਰਨਾ, ਕੱਲ੍ਹ ਨੂੰ ਕਿੱਧਰ ਨੂੰ ਜਾਣਾ ਨਾ। ਆਪਣੀ ਆਈ ਚਲਾਈ ਚੱਲੀ ਜਾਵੇ, ਵਧੀਆ ਮਾਹੌਲ ਰਹੇ, ਇੱਜ਼ਤ ਬਣੀ ਰਹੇ, ਤੰਦਰੁਸਤੀ ਰਹੇ, ਇੱਥੋਂ ਤੱਕ ਸੋਚ ਹੈ, ਕਿਉਂਕਿ ਮੈਂ ਸਮੇਟਣ ਵਾਲਾ ਬੰਦਾ, ਖਿਲਾਰੇ ਪਾਉਣ ਵਾਲਾ ਨਹੀਂ। ਅੱਛਾ, ਇੱਕ ਗੱਲ ਆ ਬਾਈ, ਜਿਵੇਂ ਅਕਸਰ ਕਲਾਕਾਰਾਂ ਬਾਰੇ ਕਿਹਾ ਜਾਂਦਾ ਵੀ ਇਹ ਬਹੁਤ ਗਰੁੱਪ ਜੇ ਬਣਾ ਕੇ ਚੱਲਦੇ ਨੇ, ਹਾਂਜੀ, ਲੱਗਦਾ ਵੀ ਰਵਿੰਦਰ ਮੰਡ ਵੀ ਗਰੁੱਪਿਜ਼ਮ ਦਾ ਸ਼ਿਕਾਰ ਹੋਇਆ? ਨਹੀਂ, ਮੈਨੂੰ ਨਹੀਂ ਲੱਗਦਾ, ਕਿਉਂਕਿ ਮੈਨੂੰ ਆਪਣੇ ਤੌਰ 'ਤੇ ਹੀ ਸਟੈਪ ਬਾਏ ਸਟੈਪ ਪਰਮਾਤਮਾ ਮੇਰੀ ਪਛਾਣ ਬਣਾਉਂਦਾ ਰਿਹਾ ਅਤੇ ਮੇਰੇ ਕੰਮ 'ਚੋਂ ਕੰਮ ਮੈਨੂੰ ਮਿਲਦਾ ਰਿਹਾ ਤਕਰੀਬਨ। ਨਹੀਂ ਪਰ ਪਰ ਤੁਹਾਡੀ ਮੈਂ ਇੱਕ ਤਾਂ ਨਾ ਪੋਸਟ ਪੜ੍ਹੀ ਸੀਗੀ ਅੰਮ੍ਰਿਤਪਾਲ ਛੋਟੂ ਬਾਰੇ, ਤੁਸੀਂ ਕਿਹਾ ਹੁੰਦਾ ਯਾਰ ਜੇ ਬੰਦਾ ਪਿੱਛੇ ਰਹਿ ਗਿਆ ਸੀ ਤਾਂ ਉਹਨੂੰ ਨਾਲ ਤੋਰਨਾ ਸੀ? ਹਾਂ, ਉਹ ਬੰਦਾ ਬਹੁਤ ਵਧੀਆ ਸੀ ਜੀ, ਅੱਛਾ ਇਨਸਾਨ ਸੀ। ਉਹ ਪੱਤਰਕਾਰ ਸਾਹਿਬ ਨੇ ਪਤਾ ਨਹੀਂ ਕੀ ਕ੍ਰੈਡਿਟ ਲੈਣ ਦੇ ਚੱਕਰ 'ਚ ਉਹ ਪੋਸਟ ਕੋਈ ਹੋਰ ਸੀ, ਉਹਨੂੰ ਗਲਤ ਢੰਗ ਦੇ ਨਾਲ ਪੇਸ਼ ਕੀਤਾ ਸੋਸ਼ਲ ਮੀਡੀਆ 'ਤੇ, ਹੈ ਨਾ, ਉਹ ਨਹੀਂ ਸੀ ਲਿਖਿਆ। ਮੇਰਾ ਮਤਲਬ ਇਹ ਸੀ ਵੀ ਸਾਰੇ ਉਹਦੇ ਜਾਣੂ ਸੀ, ਜਿੰਨੇ ਵੀ ਆਰਟਿਸਟ ਸੀਗੇ ਸਾਰਿਆਂ ਨਾਲ ਉਹਨੇ ਕੰਮ ਕੀਤਾ ਸੀ, ਅਤੇ ਜਦੋਂ ਉਹ ਬਿਮਾਰ ਸੀ ਉਹ ਆਖਰੀ 2 ਸਾਲਾਂ 'ਚ ਸਿਰਫ ਕੁਛ ਕੁ ਬੰਦਿਆਂ ਨੂੰ ਹੀ ਪਤਾ ਸੀ ਵੀ ਉਹ ਪ੍ਰੋਬਲਮ 'ਚ ਬੰਦਾ। ਲੱਗਦਾ ਵੀ ਇੰਡਸਟਰੀ ਸਾਰ ਲੈਂਦੀ ਹੈ ਕਿਸੇ ਦੀ ਜਾਂ ਨਹੀਂ ਲੈਂਦੀ? ਨਹੀਂ, ਕੁਛ ਬੰਦੇ ਹੈਗੇ ਜਿਵੇਂ ਹੁਣ ਬਾਈ ਉਹਨੀ ਅੱਗੇ ਨੇ ਮਲਕੀਤ ਰਾਉਣੀ ਉਹਨੀ, ਹੈ ਨਾ, ਉਹਨੂੰ ਪਤਾ ਲੱਗ ਜਾਓ ਅੱਧੀ ਰਾਤ ਨੂੰ ਇਕੱਲੇ ਹੀ ਤੁਰ ਜਾਂਦੇ ਆ, ਕੋਈ ਵੀ ਹੈਲਪ ਦੀ ਲੋੜ ਹੈ ਕਿਸੇ ਦੀ। ਇੱਕ ਸਾਡੇ ਭਰਾ ਨੇ, ਉਹਨਾਂ ਦੇ ਹੁਣ ਪਿੱਛੇ ਜੇ ਹਾਰਟ 'ਚ ਉਹਦੇ ਕੋਈ ਹੈਗਾ ਸੀ ਪ੍ਰੋਬਲਮ ਸੀ, ਸ਼ੇਕ ਸ਼ੂਕ ਮੇਰਾ ਖਿਆਲ ਕੀ ਹੁੰਦਾ ਨਾ ਜੀ, ਅਤੇ ਉਹ ਗਰੀਬ ਬੰਦਾ ਸੀ, ਸਾਡਾ ਭਰਾ ਸਾਡੇ ਮੇਰੇ ਵਰਗਾ ਹੀ ਸੀ, ਅਤੇ ਉਹਨੂੰ 7-8 ਲੱਖ ਰੁਪਏ ਦੀ ਲੋੜ ਸੀ ਮਲਕੀਤ ਰਾਉਣੀ ਬਾਈ, ਉਹਨਾਂ ਨੇ ਹੈਲਪ ਕੀਤੀ ਆ ਉਹਦੀ ਪ੍ਰੋਬਲਮ 'ਚ ਠੀਕ ਕਰਾਉਣ 'ਚ। ਅੱਛਾ ਅੱਛਾ ਬਾਈ, ਜਿੱਦਾਂ ਕੋਈ ਡਾਇਲੋਗ ਵਗੈਰਾ, ਤੁਹਾਡੇ ਤੁਹਾਡਾ ਨਾ ਅੰਦਾਜ਼ ਬਹੁਤ ਘੈਂਟ ਆ ਵੀ ਤੁਸੀਂ ਖਿੜ ਜੇ ਜਾਂਦੇ ਹੋ, ਲੋਕਾਂ ਨੇ ਕਹਿਣਾ ਵੀ ਅੱਜ ਜਾਂ ਤਾਂ ਮਤਲਬ ਫਿਰ ਉਹੀ ਗੱਲ ਵੀ ਅੱਜ ਖੁਰੀ ਨਹੀਂ ਹੱਡਾਂ 'ਚ, ਨਹੀਂ ਵੀ ਅੱਜ ਖੁਰੀ ਨਹੀਂ ਹੱਡਾਂ 'ਚ, ਅਤੇ ਮਤਲਬ ਮਾੜਾ ਖਿੜਕੇ ਜੇ ਕੋਈ ਡਾਇਲੋਗ ਜੇ ਸੁਣਾਓ ਜਾਂਦੇ ਜਾਂਦੇ। ਡਾਇਲੋਗ ਤਾਂ ਚਲੋ ਸਾਰੀਆਂ ਫਿਲਮਾਂ 'ਚ ਬੋਲੀ ਆਪਾਂ ਨੇ, ਜਿਵੇਂ ਫਰੀਦਕੋਟੀਆ 'ਚ ਸੀ ਮੇਰਾ, ਅਲੱਗ ਅਲੱਗ ਟੋਨਾਂ ਦਾ, ਜਿਵੇਂ ਸਾਡੇ ਰੋਪੜ ਸਾਈਡ ਇੱਕ ਕੰਡਕਟਰ, ਉਹ ਜਿਹੜੇ ਉਹ ਬੱਸਾਂ 'ਚ ਚੜਾਉਂਦੇ ਹੁੰਦੇ ਆ, ਆਵਾਜ਼ਾਂ ਮਾਰਦੇ ਹੁੰਦੇ ਆ, ਕੀ ਕਹਿੰਦੇ ਉਹਨਾਂ ਨੂੰ, ਅਤੇ ਉਹ ਬੰਦਾ ਸੀ ਉੱਥੇ ਨਾ, ਚਲੋ ਵੀ ਚਲੋ ਰੋਪੜ ਕਰਾਲੀ ਖੇਡ ਮੋਹਾਲੀ ਨੋਨ ਸਟੋਪ, ਉਹ ਕਰਿਆ ਸੀ ਮੈਂ ਮੁੰਡਾ ਫਰੀਦਕੋਟੀਆ 'ਚ। ਪਤਾ ਕੀ ਗੱਲ ਹੈ, ਜਦੋਂ ਮੈਂ ਧਨੌਲੇ ਥਾਣੇ 'ਚ ਆਉਂਦਾ ਸੀ ਨਾ, ਉਦੋਂ ਵੀ ਇੱਕ ਬੁੱਢੀ ਆਈ ਸੀ ਉਵੇਂ ਦੀਆਂ ਗੱਲਾਂ ਬਾਤ। ਇਹਦੇ 'ਚ ਮੈਂ ਤੁਹਾਨੂੰ ਹਸ਼ਰ ਦਾ ਇੱਕ ਗਾਣਾ ਮੇਰਾ ਚੱਲਿਆ ਸੀ ਪੈਰੋਡੀ, ਉਹ ਤੁਹਾਨੂੰ ਸੁਣਾ ਦਿੰਦਾ। ਜੀ 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 ਤੁਸੀਂ, ਹੋ ਮੁਰਗੀਆਂ ਵੇਚੀਆਂ ਮੈਂ 15 ਸਵੇਰੇ, ਆਂਡਿਆਂ ਦੇ ਪੈਸੇ ਮੇਰੀ ਜੇਬ 'ਚ ਬਥੇਰੇ, ਖਾਵਾਂ ਰੱਖ ਕੇ ਬਰੈਡਾਂ ਉੱਤੇ ਸਾਗ ਸਾਲੀਏ, ਹੋ ਜਿੰਨਾ ਚਿਰ ਨੱਚੇਂਗੀ ਮੈਂ ਫਾੜੀ ਜਾਊਂਗਾ ਨੋਟ ਤੇਰੇ, ਜੀਜੇ ਦਾ ਤਾਂ ਹਿੱਲ ਗਿਆ ਦਿਮਾਗ। ਮੋਹਣੀ ਜੀ ਸੰਤ ਮੋਹਣੀ ਪ੍ਰਭਾਜ ਕੌਰ, ਹਾਂਜੀ ਹਾਂਜੀ ਹਾਂਜੀ, ਉਹ ਵੀ ਤੁਹਾਡੀ ਫਿਲਮ ਦੇ ਵਿੱਚ ਉਦੋਂ ਸੀਗੇ? ਹਾਂਜੀ ਹਾਂਜੀ, ਉਹ ਆਰਟਿਸਟ ਨੇ, ਉਹਨਾਂ ਦਾ ਪਿੰਡ ਹੈਗਾ ਮੋਹਾਲੀ ਦੇ ਕੋਲ, ਉਹ ਥੋੜ੍ਹੀ ਜਿਹੀ ਭਾਸ਼ਾ ਦਾ ਸਾਡੇ ਜਿਵੇਂ ਘਾੜ ਕੰਢੀ ਏਰੀਏ ਦੀ ਮੇਰੀ ਭਾਸ਼ਾ ਦਾ ਥੋੜ੍ਹਾ ਜਿਹਾ ਫਰਕ ਹੈ ਨਾ ਜੀ, ਸਾਡੇ ਹੁੰਦਾ ਵੀ ਕਿਆ ਕਰਦਾ ਤਾ, ਕਿੱਥੇ ਗਿਆ ਤਾ, ਹੈ ਨਾ, ਹਾਂ ਉੱਧਰ ਥੋੜ੍ਹਾ ਜਿਹਾ ਜਿਹੜਾ ਇੱਧਰਲੇ ਪਾਸੇ ਦੀ ਬੋਲੀ ਹੈ ਮੋਹਾਲੀ ਦੇ ਨੇੜੇ ਤੇੜੇ ਦੀ, ਹੈ ਨਾ, ਕੀ ਕਾ ਛੋਕਰਾ ਤੋਂ ਕਿਆ ਕਰਾਂ, ਕਿੰਨੇ ਕੁ ਵਜੇ ਕਿਆ ਵਾ, ਠੀਕ ਹੈ, ਉਹਨਾਂ ਦੀ ਥੋੜ੍ਹੀ ਜਿਹੀ ਇਸ ਤਰ੍ਹਾਂ ਦੀ ਬੋਲੀ ਕੁਛ ਕੁ ਪਿੰਡਾਂ ਦੀ।
ਅੱਛਾ, ਇਸ ਚੀਜ਼ ਨੂੰ ਵੀ ਤਾਂ ਤੁਸੀਂ ਖੁਸ਼ਕਿਸਮਤ ਤੁਸੀਂ ਸਮਝਦੇ ਹੋਵੋਗੇ, ਚੰਗੇ ਕਰਮ ਸਮਝਦੇ ਹੋਵੋਗੇ, ਵੀ ਜਿੰਨਾ ਕੁ ਤੁਸੀਂ ਕੰਮ ਕਰਿਆ ਮੇਰੇ ਖਿਆਲ ਉਹ ਇੰਡਸਟਰੀ ਦੇ ਜਮ੍ਹਾਂ ਸਿਰੇ ਵਾਲੇ ਬੰਦੇ ਨੇ, ਸਾਰੇ ਜਿੰਨੇ ਵੀ ਸਟਾਰ ਹੀਰੋ ਨੇ ਤਕਰੀਬਨ ਸਾਰਿਆਂ ਨਾਲ ਇੱਕ ਇੱਕ ਦੋ ਦੋ ਫਿਲਮਾਂ ਕੀਤੀਆਂ ਮੈਂ। ਹਾਂ, ਕੁਛ ਕੁ ਪੱਤਰਕਾਰਾਂ ਦੀ ਜ਼ਰੂਰ ਮਿਹਰਬਾਨੀ ਹੋਈ ਹੈ ਵੀ ਉਹਨਾਂ ਨੇ ਜਿਵੇਂ ਆਹ ਤੁਸੀਂ ਦੱਸਿਆ ਅੰਮ੍ਰਿਤਪਾਲ ਵਾਲੀ ਖਬਰ ਵਿਗਾੜ ਕੇ ਲਾਉਣ ਦੀ ਕੋਸ਼ਿਸ਼ ਕੀਤੀ ਹੈ ਨਾ, ਕਈ ਵਾਰ ਇੱਦਾਂ ਜ਼ਰੂਰ ਨੁਕਸਾਨ ਝੱਲਣੇ ਪੈਂਦੇ, ਬਾਕੀ ਆਪਣੇ ਵੱਲੋਂ ਕਿਸੇ ਨੂੰ ਕੋਈ ਮਾੜਾ ਚੰਗਾ ਨਹੀਂ, ਅਤੇ ਵਧੀਆ ਹੀ ਹੈ ਕਿਉਂਕਿ ਆਪਣੇ 'ਚ ਕੁਛ ਹੈਗਾ ਤਾਂ ਹੀ ਅੱਗੇ ਕੰਮ 'ਚੋਂ ਕੰਮ ਮਿਲਦਾ ਜੀ। ਜੀ,